ਕਾਰ ਜਿਹੜੀ ਹੈ ਉਹ ਪਿੰਡਾਂ ਦੇ ਏਰੀਏ 'ਚ ਹੈਗੀ ਜੀ, ਸ਼ਹਿਰਾਂ 'ਚ ਨਹੀਂ ਦਿੱਤੀ ਉਹਨਾਂ ਨੇ। ਵੇਖੋ ਜੀ, ਸਾਰਾ ਹਿੰਦੁਸਤਾਨ ਨਾਲ ਆ ਜੀ, ਮੇਨ ਗੱਲ ਹੈ। ਹਿੰਦੁਸਤਾਨ ਤੋਂ ਬਾਹਰ ਵੀ ਜਿਹੜੇ ਆ ਵੀ ਕਿਸਾਨਾਂ ਨਾਲ ਹੈ, ਪਰ ਜਿਹੜੀਆਂ ਪਹਿਲਾਂ ਮੰਗਾਂ ਵਿੱਚ ਹੈਗੀਆਂ ਵੀ ਸੀ ਉਹਨਾਂ 'ਚੋਂ ਸਰਕਾਰ ਮੁੱਕਰੀ ਵੀ ਹੈ ਜੀ, ਅਤੇ ਬਾਕੀ ਜਿਹੜੀਆਂ ਮੰਗਾਂ ਜੇ ਕੋਈ ਫਾਲਤੂ ਹੈ ਜਾਂ ਕਿੱਦਾਂ, ਉਹ ਟੇਬਲ 'ਤੇ ਬਹਿ ਕੇ ਗੱਲ ਕਰਨ। ਰੋਡ ਬੰਦ ਕਰ ਰਹੇ ਬਿਲਕੁਲ ਗਲਤ ਹੈ, ਇਹਦੇ ਨਾਲ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਹੁੰਦੀ ਹੈ, ਚਾਹੇ ਬੱਸਾਂ ਬੰਦ ਹੈ ਚਾਹੇ ਗੱਡੀਆਂ ਬੰਦ ਹੈ। ਲੁਧਿਆਣਾ ਦੇ ਬਾਜ਼ਾਰਾਂ ਵਿੱਚ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੇ ਤਹਿਤ ਬਾਜ਼ਾਰਾਂ ਦੇ ਵਿੱਚ ਮਿਲਿਆ ਜੁਲਿਆ ਇਸ ਦਾ ਅਸਰ ਵੇਖਣ ਨੂੰ ਮਿਲਿਆ। ਦੱਸ ਦਈਏ ਕਿ ਲੁਧਿਆਣਾ ਦੇ ਬਾਜ਼ਾਰਾਂ ਵਿੱਚ ਜਿੱਥੇ ਦੁਕਾਨਾਂ ਖੁੱਲੀਆਂ ਹੋਈਆਂ ਨਜ਼ਰ ਆਈਆਂ ਤਾਂ ਉੱਥੇ ਹੀ ਕੁਝ ਜਥੇਬੰਦੀਆਂ ਵੱਲੋਂ ਜ਼ਰੂਰ ਆਪਣਾ ਰੋਸ ਪ੍ਰਗਟਾਇਆ ਗਿਆ। ਇੱਥੇ ਵੀ ਦੱਸ ਦਈਏ ਕਿ ਜਿੱਥੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਤਾਂ ਇਸੇ ਦੇ ਤਹਿਤ ਲੁਧਿਆਣਾ ਦੇ ਬਾਜ਼ਾਰਾਂ ਵਿੱਚ ਰੋਜ਼ਾਨਾ ਦੀ ਤਰ੍ਹਾਂ ਰੌਣਕਾਂ ਵੇਖਣ ਨੂੰ ਮਿਲੀਆਂ। ਉੱਧਰ ਦੁਕਾਨਦਾਰਾਂ ਨੇ ਇਸ ਮਸਲੇ 'ਚ ਜਿੱਥੇ ਕਿਸਾਨਾਂ ਦੇ ਸਮਰਥਨ ਦੀ ਗੱਲ ਕਹੀ ਤਾਂ ਉੱਥੇ ਹੀ ਉਹਨਾਂ ਕਿਹਾ ਕਿ ਉਹਨਾਂ ਦੇ ਕਾਰੋਬਾਰ ਰੋਜ਼ਾਨਾ ਦੀ ਤਰ੍ਹਾਂ ਤੇ ਉਸੇ ਨਾਲ ਉਹਨਾਂ ਦਾ ਘਰ ਦਾ ਗੁਜ਼ਾਰਾ ਚੱਲਦਾ। ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ। ਜਸਵਿੰਦਰ ਪਾਲ ਜੀ, ਅੱਜ ਕੀ ਲੱਗਦਾ ਭਾਰਤ ਬੰਦ ਦੀ ਕੌਲ ਦਿੱਤੀ ਗਈ ਸੀ ਪਰ ਬਾਜ਼ਾਰ ਸਾਰਾ ਖੁੱਲ੍ਹਾ, ਆਵਾਜਾਈ ਵੀ ਪੂਰੀ ਤਰ੍ਹਾਂ ਚੱਲ ਰਹੀ ਹੈ? ਦੇਖੋ ਜੀ, ਕਾਲ ਜਿਹੜੀ ਹੈ ਉਹ ਪਿੰਡ ਵਾਲੇ ਏਰੀਏ 'ਚ ਹੈਗੀ ਜੀ, ਸ਼ਹਿਰਾਂ 'ਚ ਨਹੀਂ ਦਿੱਤੀ ਉਹਨਾਂ ਨੇ। ਪੇਂਡੂ ਏਰੀਏ 'ਚ ਉਹਨਾਂ ਨੇ ਹੜਤਾਲ ਦਿੱਤੀ ਹੈ ਔਰ ਉੱਥੇ ਬੰਦ ਹੀ ਰਹਿਣਗੇ। ਪਹਿਲਾਂ ਦਿੱਤੀ ਸੀ ਪਰ ਅਸੀਂ ਸਵੇਰੇ ਜੋ ਪੇਪਰ ਪੜਿਆ ਜੀ ਉਸ ਹਿਸਾਬ ਨਾਲ ਦੁਕਾਨਾਂ ਖੋਲੀਆਂ। ਪੇਪਰ 'ਚ ਇਹੀ ਲਿਖਿਆ ਹੈ ਗ੍ਰਾਮੀਣ ਖੇਤਰਾਂ 'ਚ ਵੀ ਇਹ ਹੜਤਾਲ ਹੈਗੀ ਜੀ, ਸ਼ਹਿਰਾਂ 'ਚ ਨਹੀਂ ਹੈਗੀ। ਵੇਖੋ ਜੀ, ਸਾਰਾ ਹਿੰਦੁਸਤਾਨ ਨਾਲ ਆ ਜੀ, ਮੇਨ ਗੱਲ ਹੈ। ਹਿੰਦੁਸਤਾਨ ਤੋਂ ਬਾਹਰ ਵੀ ਜਿਹੜੇ ਆ ਵੀ ਕਿਸਾਨਾਂ ਨਾਲ ਹੈ, ਕਿਸਾਨ ਅੰਨ ਦਾਤਾ ਹੈ ਦੇਸ਼ ਦੇ। ਜੇ ਇਹਦੀ ਅੰਨ ਉਗਾਉਣਗੇ ਤਾਂ ਆਪਾਂ ਭੁੱਖੇ ਮਰ ਜਾਵਾਂਗੇ। ਇਹ ਤਾਂ ਜੋ ਹੋ ਰਿਹਾ ਉਹਨਾਂ ਨਾਲ ਗਲਤ ਹੋ ਰਿਹਾ, ਉਹਨਾਂ ਨਾਲ ਬਹਿ ਕੇ ਮਸਲਾ ਹੱਲ ਹੋਣਾ ਚਾਹੀਦਾ, ਨਾ ਕਿ ਆਪਾਂ ਗੋਲੇ ਸੱਟੀ ਚਲੋ, ਗੋਲੀਆਂ ਮਾਰੀ ਚਲੋ। ਇਹ ਗਲਤ ਹੈ, ਇਹ ਉਹਨਾਂ ਨੇ ਜਿਹੜੇ ਥਰੂ ਗਏ ਦੇ ਗੋਲੇ ਸੱਟੇ ਹੈ, ਗੋਲੀਆਂ ਚਲਾਈਆਂ, ਇਹ ਉਹਨਾਂ ਨੂੰ ਉਹ ਮੱਚ ਕੇ ਇਹਨਾਂ ਨੇ ਫਿਰ ਆਹ ਜਿਹੜਾ ਬੰਦ ਦਾ ਸੱਦਾ ਦਿੱਤਾ ਜੀ। ਸਰ ਕੀ ਲੱਗਦਾ ਇੰਨੀਆਂ ਮੰਗਾਂ, ਪਹਿਲਾਂ ਜਿਹੜੀਆਂ 4 ਮੰਗਾਂ ਸੀਗੀਆਂ ਹੁਣ ਜਿਹੜੀਆਂ 10 ਹੋਰ ਵਧਾ ਦਿੱਤੀਆਂ, ਕੀ ਲੱਗਦਾ ਕਿਸਾਨ ਵੀ ਕਿਤੇ ਨਾ ਕਿਤੇ ਮੰਗਾਂ ਵਧਾਈ ਜਾ ਰਿਹਾ ਕਿ ਹੁਣ ਜਿਹੜਾ ਤੁਹਾਡੀ ਗੱਲ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ, ਪਰ ਜਿਹੜੀਆਂ ਪਹਿਲਾਂ ਮੰਗਾਂ ਵਿੱਚ ਹੈਗੀਆਂ ਵੀ ਸੀ ਉਹਨਾਂ 'ਚੋਂ ਸਰਕਾਰ ਮੁੱਕਰੀ ਵੀ ਹੈ ਜੀ, ਅਤੇ ਬਾਕੀ ਜਿਹੜੀਆਂ ਮੰਗਾਂ ਜੇ ਕੋਈ ਫਾਲਤੂ ਹੈ ਜਾਂ ਕਿੱਦਾਂ, ਉਹ ਟੇਬਲ 'ਤੇ ਬਹਿ ਕੇ ਗੱਲ ਕਰਨ। ਦੇਖੋ, ਇੱਕ ਪਾਸੇ ਉਹਨਾਂ ਨੇ ਕਿਹਾ ਹੈ ਟੇਬਲ 'ਤੇ ਗੱਲ ਚੱਲ ਰਹੀ ਹੈ, ਦੂਜੇ ਪਾਸੇ ਥਰੂ ਗੈਸ ਦੇ ਗੋਲੇ ਸੱਟ ਰਹੇ ਹੈ, ਇਹ ਤਾਂ ਕੋਈ ਇਹ ਕੋਈ ਜੰਗ ਥੋੜ੍ਹਾ ਜੁੜੀ ਹੋਈ ਆਪਣੀ, ਆਪਾਂ ਪੰਜਾਬੀ ਹਾਂ ਕਿਉਂ, ਇਹ ਤਾਂ ਹੈ ਨਹੀਂ। ਫਿਰ ਹਰਿਆਣੇ ਵਾਲੀ ਪੁਲਿਸ ਆ ਕੇ ਪੰਜਾਬ 'ਚ ਸੱਟੀ ਜਾਵੇ, ਉਹ ਕਿੰਨੀ ਗਲਤ ਗੱਲ ਹੈ। ਜਾਂ ਤਾਂ ਤੁਸੀਂ ਪੰਜਾਬ ਤੋਂ ਪਰਮਿਸ਼ਨ ਲਵੋ ਵੀ ਆਪਾਂ ਇੱਧਰ ਐਂ ਕਰਨਾ, ਇਹ ਤਾਂ ਬਿਲਕੁਲ ਗਲਤ ਗੱਲ ਹੋ ਰਹੀ। ਜੋ ਵਪਾਰੀ ਵੀ ਤੁਸੀਂ ਵੀ ਹਾਂ, ਤੁਸੀਂ ਦਿੱਲੀ ਦਿੱਲੀ ਨੂੰ ਜਾਣਾ ਹੋਵੇ, ਰੋਡ ਜਿਹੜੇ ਬੰਦ ਕੀਤੇ ਆ, ਜਾਇਜ਼ ਰੋਡ ਬੰਦ ਕਰਨੇ ਵਪਾਰ ਨੂੰ? ਦੇਖੋ ਜੀ, ਰੋਡ ਬੰਦ ਕਰਨੇ ਬਿਲਕੁਲ ਗਲਤ ਹੈ, ਇਹਦੇ ਨਾਲ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਹੁੰਦੀ ਹੈ, ਚਾਹੇ ਬੱਸਾਂ ਬੰਦ ਹੈ ਚਾਹੇ ਗੱਡੀਆਂ ਬੰਦ ਹੈ, ਇਹਦਾ ਇਸ ਚੀਜ਼ ਦਾ ਕੋਈ ਹੱਲ ਨਹੀਂ ਹੈਗਾ ਜੀ। ਹੱਲ ਹੋਣਾ ਹੈ ਤਾਂ ਬਹਿ ਕੇ ਹੋਣਾ, ਅਤੇ ਗੌਰਮੈਂਟ ਨੂੰ ਵੀ ਸੋਚਣਾ ਚਾਹੀਦਾ ਨਾ ਇਸ ਚੀਜ਼ ਦਾ। ਹੁਣ ਜੇ ਉਹਨਾਂ ਨੇ ਕਿਹਾ ਦਿੱਲੀ ਜਾਣਾ, ਉਹਨਾਂ ਨੂੰ ਜਾਣ ਦਿਓ। ਪ੍ਰੋਟੈਸਟ ਕਰਨਾ ਲੋਕਤੰਤਰ ਹੈ ਜੀ ਹਿੰਦੁਸਤਾਨ ਦੇ ਵਿੱਚ, ਪ੍ਰੋਟੈਸਟ ਕਰਨਾ ਹਰ ਇੱਕ ਨੂੰ ਹੱਕ ਹੈਗਾ, ਚਾਹੇ ਕੋਈ ਵੀ ਪਾਰਟੀ ਹੋਵੇ। ਉਹਨੇ ਥੋੜ੍ਹਾ ਤੁਸੀਂ ਇੱਕ ਗੱਲ ਧੱਕਾ ਕਰੀ ਚਲੋ, ਇਹਨਾਂ ਨੂੰ ਜਾਣ ਨਾ ਦਿਓ, ਉਹਨਾਂ ਫਿਰ ਗਲਤ ਕਰ ਲੈਣਾ। ਫਿਰ ਉਹ ਲੱਗਦਾ ਨਹੀਂ ਪਾਕਿਸਤਾਨ ਅਤੇ ਹਿੰਦੁਸਤਾਨ ਦਾ ਬਾਰਡਰ ਜਿਵੇਂ? ਬਿਲਕੁਲ ਬਿਲਕੁਲ, ਇਹਨਾਂ ਨੇ ਬਣਾ ਤਾ, ਉੱਦਾਂ ਬਣਾ ਤਾ ਜੀ। ਵਿੱਚ ਦੇਖੋ ਅਸਲੀ ਗੋਲੀਆਂ ਵੀ ਚਲਾ ਰਹੇ, ਪਲਾਸਟਿਕ ਦੀਆਂ ਚਲਾ ਰਹੇ ਆ, ਕਿੰਨੇ ਬੰਦੇ ਘੱਟ 200-300 ਬੰਦਾ ਫੱਟੜ ਹੋ ਗਿਆ ਜੀ ਉੱਥੇ, 1-2 ਬੰਦੇ ਮਰ ਵੀ ਗਏ। ਇਹ ਬਿਲਕੁਲ ਗਲਤ ਗੱਲ ਹੋ ਰਹੀ, ਜੋ ਵੀ ਹੋ ਰਿਹਾ ਗਲਤ ਹੋ ਰਿਹਾ। ਦੇਖੋ, ਜਿਹੜੀ ਇਹ ਜਾਇਜ਼ ਮੰਗਾਂ ਉਹ ਮੰਨੀਆਂ ਚਾਹੀਦੀਆਂ, ਆਪਾਂ ਇਹ ਕਹਿੰਦੇ ਹਾਂ। ਬਾਕੀ ਉਹਨਾਂ ਨੂੰ ਪੈਂਡਿੰਗ ਰੱਖ ਕੇ ਬਹਿ ਕੇ ਜੋ ਵੀ ਉਹਨਾਂ ਦੀ ਆਪਸ ਵਿੱਚ ਸਹੀ ਲੱਗਦਾ ਉਹ ਕਰਨਾ ਚਾਹੀਦਾ। ਬੰਦ ਦਾ ਅਸਰ ਦੇਖ ਰਹੇ ਹੋ? ਸ਼ਹਿਰ ਦੇ ਵਿੱਚ ਦੇ ਕੋਈ ਅਸਰ ਨਹੀਂ ਹੈਗਾ, ਸ਼ਹਿਰ 'ਚ ਹੈ ਨਹੀਂ, ਇਹ ਪੇਂਡੂ ਏਰੀਆ ਸਾਰੇ ਬੰਦ ਹੀ ਹੋਣਗੇ। ਮੇਰਾ ਨਾਮ ਤਰਨ ਕੁਮਾਰ ਹੈ ਜੀ। ਕਿਹੜੀ ਜਗ੍ਹਾ ਹੈ ਇਹ? ਆਪਣਾ ਘੰਟਾ ਘਰ ਚੌਂਕ ਜੀ ਖੜੇ ਆ ਵੀ, ਘੰਟਾ ਘਰ ਚੌਂਕ ਦੁਕਾਨਦਾਰ ਹੈ, ਆਪਣੀ ਦੁਕਾਨ ਹੈ ਜੀ। ਕੀ ਲੱਗਦਾ ਅੱਜ ਬੰਦ ਦਾ ਅਸਰ ਸੀਗਾ, ਬੰਦ ਦਾ ਐਲਾਨ ਕੀਤਾ ਗਿਆ ਸੀ?
ਹਾਂਜੀ, ਬੰਦ ਦਾ ਅਹਿਸਾਸ ਕਿਹਾ ਤਾਂ ਜੀ ਸਾਡੇ ਪ੍ਰਧਾਨ ਵੱਲੋਂ ਕੋਈ ਅਨਾਊਂਸਮੈਂਟ ਨਹੀਂ ਹੋਈ। ਬੰਦ ਦੀ ਕਾਲ ਸਵੇਰੇ ਪੇਪਰ 'ਚ ਵੀ ਆ ਗਏ ਜੀ, ਗਰੀਮੀ ਖੇਤਰ 'ਚ ਬੰਦ ਦੀ ਕਾਲ ਹੈਗੀ ਹੈ, ਪ੍ਰਧਾਨ ਵੱਲੋਂ ਸਾਡੇ ਕੋਈ ਬੰਦ ਦੀ ਕਾਲ ਨਹੀਂ, ਇਸ ਕਰਕੇ ਸਾਰੇ ਬਾਜ਼ਾਰ ਖੁੱਲ੍ਹਾ, ਸਾਰੀ ਮਾਰਕੀਟ ਖੁੱਲ੍ਹੀ ਹੈ ਜੀ। ਕੋਈ ਚੀਜ਼ ਨਹੀਂ, ਕੋਈ ਨਹੀਂ ਆਇਆ ਸਾਡੇ ਵੱਲੋਂ, ਆਵਾਜਾਈ ਪੂਰੀ ਤਰ੍ਹਾਂ ਚੱਲ, ਪੂਰੀ ਆਵਾਜਾਈ ਪੂਰੀ ਚੱਲ ਰਹੀ ਹੈ, ਕੋਈ ਸਾਰੇ ਬਾਜ਼ਾਰ ਖੁੱਲ੍ਹੇ, ਪੂਰੇ ਲੁਧਿਆਣੇ ਦੇ ਬਾਜ਼ਾਰ। ਆਪਾਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ। ਹਾਂਜੀ, ਕਿਸਾਨਾਂ ਦਾ ਸਾਥ ਦੇਣਾ ਵੀ ਚਾਹੀਦਾ, ਜਿੱਥੇ ਕਿਸਾਨ ਗਲਤ ਆ ਉਹਨਾਂ ਨੇ ਨਹੀਂ ਵੀ ਸਾਥ ਦੇਣਾ ਚਾਹੀਦਾ ਜੀ। ਉਹ ਜਿੱਥੇ ਦੇਖੋ ਜੀ, ਚਾਰ ਮੰਗਾਂ ਗੌਰਮੈਂਟ ਨੇ ਮੰਨ ਲਈਆਂ, ਹੁਣ ਇਹ ਥੋੜ੍ਹਾ ਹਰ ਵਾਰੀ ਤੁਸੀਂ ਜਾ ਕੇ ਧਰਨੇ ਲਾ ਲਓ, ਆ ਵੀ ਗੱਲ ਕਰਿਓ, ਲੋਕਾਂ ਨੂੰ ਕਿੰਨੀ ਆਵਾਜਾਈ ਦਿੱਕਤ ਹੋ ਰਹੀ ਹੈ, ਕਿੰਨੇ ਏਅਰਪੋਰਟ 'ਚ ਲੋਕਾਂ ਨੂੰ ਜਿੰਨਾ ਆਉਣਾ ਜਾਣਾ ਉਹਨਾਂ ਨੂੰ ਕਿੰਨੀ ਡਿਸਟਰਬੈਂਸ ਹੋ ਰਹੀ ਹੈ ਜੀ। ਠੀਕ ਹੈ, ਆਪਾਂ ਨਾਲ ਵੀ ਹਾਂ ਅਤੇ ਹੱਕ ਦੇ ਵਿੱਚ ਵੀ ਹੈਗੇ ਜੀ। ਜੇ ਗੌਰਮੈਂਟ ਵੀ ਨਹੀਂ ਮੰਨਦੀ, ਆਪਾਂ ਗੌਰਮੈਂਟ ਦੇ ਵੀ ਨਾਲ ਨਹੀਂ, ਜੇ ਕਿਸਾਨ ਨਹੀਂ ਹੁੰਦਾ, ਗੌਰਮੈਂਟ ਕਿਸਾਨ ਦੇ ਨਾਲ ਵੀ ਨਹੀਂ ਆ। ਇਹਦੇ ਵਿੱਚ ਤਾਂ ਜੀ ਮਾਣਯੋਗ ਇੰਡੀਆ ਦੇ ਜਿਹੜੇ ਹਾਈ ਕੋਰਟ ਆ, ਸੁਪਰੀਮ ਕੋਰਟ ਆ, ਉਹਨੂੰ ਦਖਲ ਅੰਦਾਜ਼ੀ ਕਰਕੇ ਇਹ ਮਸਲਾ ਸੋਰਟ ਆਊਟ ਕਰਨਾ ਚਾਹੀਦਾ, ਕਿ ਇਹ ਚੀਜ਼ ਦਾ ਕੋਈ ਸੋਰਟ ਆਊਟ ਨਹੀਂ ਹੈ ਕਿ ਆ ਕੇ ਸੜਕਾਂ 'ਤੇ ਘੇਰ ਲਓ, ਜਾਂ ਉੱਧਰੋਂ ਗੋਲੀਆਂ ਮਾਰ ਰਹੇ, ਜਾਂ ਇੱਧਰੋਂ ਆ ਕੇ ਪ੍ਰਦਰਸ਼ਨ ਕਰ ਰਹੇ ਨੇ। ਠੀਕ ਹੈ ਨਾ, ਇਹਦੇ ਹਾਈ ਕੋਰਟ ਨੂੰ ਇਹਦੇ ਵਿੱਚ ਪੈ ਕੇ, ਇੰਡੀਆ ਦਾ ਜਿਹੜਾ ਜਿਹਨੂੰ ਸਾਰੇ ਇੰਡੀਆ ਮੰਨਦਾ, ਉਹਨੂੰ ਵਿੱਚ ਪੈ ਕੇ ਸੋਰਟ ਮਸਲਾ ਸੋਰਟ ਆਊਟ ਕਰਨਾ ਚਾਹੀਦਾ, ਨਾ ਕਿ ਪ੍ਰਦਰਸ਼ਨ ਕਰਨੇ ਚਾਹੀਦੇ ਆ, ਨਾ ਕਿ ਗੋਲੀਆਂ ਮਾਰ ਜਾਂ ਗੋਲੀ ਮਾਰ ਜਾਂ ਅਸੂ ਕਹਿੰਦੇ ਗੋਲੀ ਮਾਰ। ਆਮ ਪਬਲਿਕ ਇਹਦੇ ਨਾਲ ਹਰਾਸ ਹੋ ਰਹੀ ਹੈ। ਆਮ ਪਬਲਿਕ ਦੇਖੋ ਜੀ, ਦੇਖੋ ਆਮ ਜ਼ਿੰਦਗੀ ਦੇਖੋ ਜੀ, ਆਮ ਪਬਲਿਕ ਜਿਹੜੀ ਹੈ ਉਹਨੂੰ ਦਾਲ ਫੁਲਕੇ ਤੱਕ ਮਸਲਾ ਜੀ। ਠੀਕ ਹੈ ਨਾ, ਉਹ ਦਾਲ ਫੁਲਕੇ ਮਸਲਾ ਜੀ। ਹੁਣ ਦੇਖੋ ਜਿੱਦਾਂ ਬੰਦ ਦੀ ਕਾਲ ਆਈ ਹੋਈ ਹੈ, ਹੁਣ ਤੁਹਾਨੂੰ ਕੀ ਲੱਗਦਾ ਦੁਕਾਨਾਂ ਸੀ ਖੁੱਲੀਆਂ, ਪਰ ਇਹ ਦੁਕਾਨਾਂ ਨਾਮ ਦੀ ਖੁੱਲੀਆਂ ਕਿ ਕਹਿ ਲਓ, ਨਾਮ ਦੀ ਖੁੱਲੀਆਂ, ਨਾ ਇੱਥੇ ਕੋਈ ਕਿਸੇ ਨੇ ਆਉਣਾ, ਨਾ ਕਿਸੇ ਨੇ ਜਾਣਾ। ਠੀਕ ਹੈ ਨਾ, ਬੱਸਾਂ ਵੀ ਬੰਦ ਹੈ ਜੀ, ਟ੍ਰੇਨਾਂ ਵੀ ਬੰਦ ਹੈ, ਲੋਕ ਡਰਦੇ ਸਹਿਮੇ ਨਹੀਂ ਨਿਕਲਦੇ, ਲੋਕ ਕਿਤੇ ਗੱਡੀਆਂ ਆਟੋ ਚੱਲ ਰਹੇ ਨੇ, ਆਟੋ 'ਤੇ ਚੱਲ ਰਹੇ। ਦੇਖੋ ਜੀ, ਉਹਨਾਂ ਨੂੰ ਆਪਣੀ ਦਾਲ ਫੁਲਕੇ ਤੱਕ ਮਸਲਾ, ਹਰ ਬੰਦੇ ਨੂੰ ਜੀ, ਸਾਰਿਆਂ ਨੂੰ ਜਿਹੜੇ ਪ੍ਰਾਈਵੇਟ ਅਦਾਰੇ ਨੇ ਉਹਨਾਂ ਨੂੰ ਆਪਣੇ ਦਾਲ ਫੁਲਕੇ ਦਾ ਮਸਲਾ ਹੈ। ਦੇਖੋ, ਕਿਸੇ ਨੇ ਪੱਲੇ ਉਹਦੇ ਜੇਬੇ 'ਚ ਪਾ ਕੇ ਕਿਸੇ ਨੂੰ ਦਿਹਾੜੀਆਂ ਦੇਣੀਆਂ ਨਹੀਂ, ਹਰ ਕਿਸੇ ਨੇ ਜਿਹੜੇ ਵਰਕਰ ਰੱਖੇ ਨੇ ਉਹਨਾਂ ਨੂੰ, ਕਿਸੇ 7 ਵਰਕਰ ਲੱਗੇ ਸੀਗੇ, 2 ਵਰਕਰ ਲੱਗੇ ਸੀਗੇ, 1 ਵਰਕਰ ਲੱਗਾ ਨੇ, ਕਿਸੇ ਦਿਹਾੜੀਦਾਰ ਕੇ ਨੂੰ ਦੇਣੀ ਹੈ ਨਾ, ਸ਼ਾਮੀ ਜਾਣ ਲੱਗੇ, ਇਸ ਕਰਕੇ ਪ੍ਰਾਈਵੇਟ ਅਦਾਰੇ ਸਾਰੇ ਖੁੱਲ੍ਹੇ ਆ ਜੀ, ਸੜਕਾਂ ਬਾਕੀ ਸਰਕਾਰੀ ਬੱਸਾਂ ਆਵਾਜਾਈ ਬਿਲਕੁਲ ਠੱਪ ਹੈ ਜੀ। ਤੁਹਾਡੀ ਅਪੀਲ ਕੀ ਹੈ? ਤੁਹਾਡੀ ਅਪੀਲ ਹੈ ਜੀ, ਇਹਨਾਂ ਦਾ ਮਸਲਾ ਜੀ ਜਲਦੀ ਜਲਦੀ ਮਸਲਾ ਹੱਲ ਹੋਣਾ ਚਾਹੀਦਾ ਜੀ, ਕੋਈ ਗੋਲੀਆਂ ਚਲਾ ਕੇ ਜਾਂ ਸੂ ਗੈਸ ਦੇ ਗੋਲੇ ਚਲਾ ਕੇ ਜਾਂ ਪ੍ਰਦਰਸ਼ਨ ਕਰਕੇ ਕੋਈ ਚੀਜ਼ ਦਾ ਮਸਲਾ ਹੱਲ ਨਹੀਂ ਹੈ। ਦੇਖੋ, ਹਾਈ ਕੋਰਟ ਨੂੰ ਚਾਹੀਦਾ ਕਿ ਵਿੱਚ ਪੈ ਕੇ, ਤਾਂ ਜੇ ਗੌਰਮੈਂਟ ਨਹੀਂ ਮੰਨਦੀ ਤਾਂ ਹਾਈ ਕੋਰਟ ਨੂੰ ਸਖ਼ਤ ਆਦੇਸ਼ ਦੇਣੇ ਚਾਹੀਦੇ ਵੀ ਇਹਨਾਂ ਦਾ ਮਸਲਾ ਜਲਦੀ ਜਲਦ ਸੋਰਟ ਆਊਟ ਹੋਣਾ ਚਾਹੀਦਾ।